ਕਿੰਨੀ ਵਾਰੀ ਆ ਗਏ ਤੁਸੀਂ? ਮੈਂ ਇਹ ਕਿੰਨੀ ਸਪਰਿੰਗ ਵਾਰ ਕੋਈ ਮਿਲਦਾ ਨਹੀਂ ਤੁਹਾਨੂੰ? ਮਿਲਦੇ ਨਹੀਂ ਕਦੇ ਕਹਿੰਦੇ ਨੇ ਸਰਵਰ ਡਾਊਨ ਨੇ ਕਦੇ ਕਹਿੰਦੇ ਨੇ ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਜਗਵੀਰ ਸਿੰਘ ਦੇਵਮਾਨ, ਐਮ ਐਲ ਏ ਨਾਭਾ। ਇਸ ਵਕਤ ਮੈਂ ਨਗਰ ਕੌਂਸਲ ਨਾਭਾ ਦਫ਼ਤਰ ਚ ਆਇਆ ਜੀ। ਇਸ ਵਕਤ ਸਮਾਂ ਹੋ ਰਿਹਾ ਜੀ 11:06 ਬਾਕੀ ਨੇ, ਚੈੱਕ ਕਰਦੇ ਹਾਂ ਜੀ। ਬਿਲਡਿੰਗ ਹੈ ਨਗਰ ਕੌਂਸਲ ਨਾਭਾ ਦੀ, ਨਗਰ ਕੌਂਸਲ ਨਾਭਾ ਦੀ ਬਿਲਡਿੰਗ। ਸੁਖਬੀਰ ਸਿੰਘ ਕੰਬੋਜ, MALL ਦੀ ਕਾਰਜਕਾਰੀ ਸਾਧਕ ਡਾਕਟਰ, ਲਾਭ ਲੱਗਿਆ ਹੈ ਜੀ। ਬੀਪੀ ਵੱਧ ਰਿਹਾ ਸੀ, ਕਹਿੰਦੇ ਮੈਂ ਦਵਾਈ ਲੈ ਕੇ ਆ, ਹੁਣੀ ਬੈਠੇ ਦੇਖੋ ਰਜਿਸਟਰ ਗਏ, ਹੁਣੀ ਹੁਣੀ ਗਏ ਨੇ ਜਸਟ, ਮੈਂ ਆ ਗਏ। ਵਾਟਰ ਸਪਲਾਈ ਸੀ ਲੈ ਜੀ, ਕੀ ਹੋ ਰਿਹਾ ਜੀ, ਕੰਮ ਕਾਰ ਕਿਵੇਂ ਚੱਲ ਰਿਹਾ ਜੀ? ਵਧੀਆ ਸਰ, ਠੀਕ ਹੈ। ਮੋਟਰਾਂ ਸੜੀਆਂ ਪਈਆਂ ਸੀ, ਕੁਝ ਕੁਝ ਪਾਈ ਸੀ, ਸਾਫ ਕਰਦੇ ਆ, ਸਾਡੇ ਕੋਲ ਨਾ ਫੀਲਿੰਗ ਆ, ਅੱਗੇ ਗੰਦੀ ਸਿਲੈਕਸ਼ਨ ਹੈ, ਜਿਹੜੀ ਰਿਪੇਅਰ ਹੈ ਜਾਂ ਕੋਈ ਪ੍ਰੋਬਲਮ ਹੈ ਉਹ ਦੇਈ ਸਾਫ ਕਰਦੇ ਆ, ਕਲੈਕਸ਼ਨ ਦਾ ਕੰਮ, ਸਿਲੈਕਸ਼ਨ ਦਾ। ਠੀਕ, ਕਿੰਨੇ ਕਿੰਨੇ ਕੰਮ ਕਰਦੇ ਆ? ਆਪਣੇ ਸਾਰਾ ਪ੍ਰੋਪਰਟੀ ਟੈਕਸ ਭਰਦੇ ਆ, ਪ੍ਰੋਪਰਟੀ ਟੈਕਸ, ਟੈਕਸ ਹਾਊਸ ਛੁੱਟੀ ਕੌਣ ਕਿੰਨੇ ਜਣੇ ਅੰਦਰ ਆਫਿਸ
ਇਹ ਸਰ ਚਾਰ ਜਣੇ ਆ ਜੀ ਇੱਥੇ ਜੀ ਚਾਰ ਜਣੇ ਹਾਂਜੀ ਸਰ ਇਹ ਸਵੇਰ ਤੋਂ ਨਹੀਂ ਆਏ ਜੀ ਛੁੱਟੀ ਸਵੇਰ ਤੋਂ ਕੱਲ੍ਹ ਸੀਗੇ ਕੱਲ੍ਹ ਵੀ ਸੀਗੇ ਜੀ ਆਪ ਸਰ ਛੁੱਟੀ ਦਿਖਾ ਦਿੰਦਾ ਮੈਂ ਦੇਖਦਾ ਸਰ ਉਹ ਗਈ ਆ ਲੈਣ ਸਰ ਲੈਣ ਛੁੱਟੀ ਕਿਹਨੂੰ ਦਿੰਦੇ ਨੇ ਬੁੱਤੋ ਸਾਹਿਬ ਆਪਾਂ ਨੂੰ ਦਿੰਦੇ ਨੇ ਈਓ ਸਾਹਿਬ ਨੂੰ ਤੋਂ ਕਰਾਉਣੀ ਹੈ ਜੀ ਜਨਰਲ ਛੁੱਟੀ ਬੜਾ ਚੁੜਿਆ ਪੇਪਰ ਬੁਲੇਟ ਤੇ ਕਿਹਨਾਂ ਤਾਂ ਨਹੀਂ ਗਏ ਸਾਰਾ ਸਟਾਫ ਛੁੱਟੀ ਰਹਿੰਦਾ ਜੀ ਨਹੀਂ ਡੇਲੀ ਤਾਂ ਨਹੀਂ ਸਰ ਹਾਂ ਆ ਦੇਖੋ 5 6 7 ਤਿੰਨ ਦਿਨ ਦੀ ਛੁੱਟੀ ਤੇ ਆ ਇਹ ਸਰ ਸਾਰੇ ਮੇਨ ਬ੍ਰਾਂਚ ਆ ਇਹ ਨਾ ਐਕਚੁਅਲੀ ਕੀ ਹੈ ਸਰ ਇਹ ਇਸ ਕਲਰ ਪ੍ਰਤੀ ਪ੍ਰੀਮੀਅਮ ਹੈ ਅੱਛਾ ਜੀ ਸਵਾਲ ਕਰਾਂਗਾ ਕੀ ਬਣਾਉਂਦੇ ਅੱਛਾ ਜੀ ਸਰ ਕੁਝ ਛੁੱਟੀਆਂ ਪਈਆਂ ਲਗਾਈਆਂ ਬਣਾਇਆ ਅੱਛਾ ਜੀ ਜੀ ਤੁਹਾਨੂੰ ਰਟਾਇਰ ਹੋ ਗਏ ਤੁਹਾਨੂੰ ਰਟਾਇਰ ਹੋ ਗਏ ਆ ਰੱਖੋ ਸਰ ਤੁਸੀਂ ਆਪਣਾ ਕੀ ਕਹਿੰਦੇ ਨੇ ਯੂ ਸਾਹਿਬ ਛੁੱਟੀ ਦੇ ਠੀਕ ਹੈ ਤਿੰਨ ਡਿਪਾਰਟਮੈਂਟ ਤਿੰਨੇ ਛੁੱਟੀ ਦੇ ਸਾਰੇ ਮੈਂ ਹਾਊਸ ਪਾਰਾ ਅਨਿਲ ਕੌਣ ਆ ਯੂਰੇ ਅਨਿਲ ਨਿਲ ਕਿੱਥੇ ਡਿਮਾਂਡ ਕਰ ਰਹੇ 20,000 ਰੁਪਏ ਦੇ ਫਿਰ ਤੁਹਾਨੂੰ ਦਵਾਵਾਂਗੇ ਅਗਰ ਸ਼ਿਕਾਇਤ ਆ ਗਈ ਤਾਂ ਫਿਰ ਕਾਰਵਾਈ ਹੋ ਗਈ ਮੈਂ
ਸਰ ਆ ਚੰਡੀਗੜ੍ਹ ਸਰ ਤੋਂ ਆ ਗਈ ਆਪਣੇ ਕਿਹਨੂੰ ਕੱਟ ਗਏ ਜੀ ਮੈਂ ਇਹਨਾਂ ਖਾਤੇ ਹੀ ਬੁਲਾ ਕੇ ਲਿਓ ਜਲਦੀ ਉਹਨੂੰ ਸਰ ਡੈਥ ਬਰਥ ਰਜਿਸਟ੍ਰੇਸ਼ਨ ਦਾ ਕਮਰਾ ਆ ਦੇਖੋ ਜੀ ਲੋਕ ਲੱਗਿਆ ਇਹਨਾਂ ਤੇ ਛੁੱਟੀ ਦੇਣੇ ਕਿੱਥੇ ਨੇ ਜੀ ਸਰ ਮੈਨੂੰ ਇੱਕ ਮਿੰਟ ਦੇਖੋ ਛੁੱਟੀ ਦੇਣੇ ਤਾਂ ਨਹੀਂ ਕੋਈ ਛੁੱਟੀ ਤਾਂ ਨਹੀਂ ਹੈਗੀ ਕਿੱਥੇ ਲੋਕ ਲੱਗੇ ਆ ਫੜੋ ਨਾ ਮੈਂ ਤਾਂ ਕਿੱਧਰ ਹੋ ਐਮਐਲਏ ਸਾਹਿਬ ਇੱਥੇ ਖੜੇ ਆ ਕਮਰੇ ਕੋਲ ਜੀ ਆਫਿਸ ਅੱਛਾ ਜੀ ਇੱਥੇ ਕੋਈ ਬੈਠ ਤੇ ਹੈ ਨਹੀਂ ਕੋਈ ਗੱਲ ਸਰ ਇਕੱਲੇ ਨੇ ਸਰ ਜੀ ਇਕੱਲੇ ਇਹਨਾਂ ਦੀ ਅਸੀਂ ਕਿ ਪਟਿਆਲੇ ਆ ਜੀ ਇੱਥੇ ਨਹੀਂ ਗੱਲ ਲਾਇਆ ਦੇਖੋ ਜੀ ਇਹ ਸਿਰ ਇੱਕ ਇੱਕ ਮੁੰਡਾ ਇੱਥੇ ਲਾਇਆ ਹੋਇਆ ਨਾਲ ਜੀ ਬੈਨਰ ਜਿਹਦਾ ਉਹ ਇੱਕ ਸਰ ਉਹਨਾਂ ਕਿਉਂਕਿ ਸਰ ਸੁਵਿਧਾ ਕੇਂਦਰ ਦੇ ਨਾਲ ਲਿੰਕ ਹੁੰਦਾ ਜੀ ਸਰਟੀਫਿਕੇਟਾਂ ਦਾ ਉਹ ਸੁਵਿਧਾ ਕੇਂਦਰ ਤੋਂ ਲੈਣ ਗਿਆ ਉਹਨਾਂ ਸਰਟੀਫਿਕੇਟ ਦੀ ਉਹਨੂੰ ਉਧਰੋਂ ਬੁਲਾ ਲੈਂਦੇ ਆ ਜੀ ਹਾਂ ਸਰਕਾਰ ਬਣ ਗਈ ਬਹੁਤ ਸੰਤ ਨੇ ਬੜੇ ਸਖ਼ਤ ਦੇਸ਼ ਨੇ ਜੀ ਕਰ ਪਏ ਫਾਇਦਾ ਨੀ ਕੋਈ ਜਤਿੰਦਰ ਨੂੰ ਲਿਆ ਬੁਲਾ ਕੇ ਸੁਵਿਧਾ ਕੇਂਦਰ ਚੋਂ ਤੁਸੀਂ ਵੀ ਮੌਤ ਦਾ ਦਰਜ ਕਰਾਉਣਾ ਸੀ ਤੁਸੀਂ ਵੇਟ ਕਰ ਰਹੇ ਕੱਲ ਕੀ ਕਹਿੰਦੇ ਤੁਹਾਨੂੰ ਕੰਮ ਆ ਲਿਓ ਤੁਸੀਂ ਮੈਨੂੰ ਗੋਵਿੰਦਗੜ੍ਹ ਆਪਣੇ ਈ ਐਮ ਈ ਐਸ ਜੀ ਓ ਉਹਨਾਂ ਪਰ 6000 ਕਰਨਾ ਹਾਂਜੀ
ਨਹੀਂ ਪਰਮਾਨੈਂਟ ਉਹ ਮਾਪਾ ਅਡੀਸ਼ਨਲ ਹੈ ਕਿ ਕਿਆ ਕਰ ਬਾਕੀ ਅੱਜ ਮੇਰੀ ਡਿਊਟੀ ਲੱਗੀ ਹੋਈ ਸੀ ਸਮਾਲੇ ਜੀ, ਮੈਂ ਫਿਰ ਵੀ ਅੱਜ ਇੱਥੇ ਸਵੇਰੇ ਆਇਆ ਜੀ, ਮੇਰੇ ਕੰਮ ਨਬੇੜ ਕੇ ਫਿਰ ਜਾਵਾਂਗਾ ਸਮਾਲੇ ਜੀ। ਹੋ ਗਿਆ ਅੰਦਰ ਤਾਂ ਹੈ ਇੱਧਰ ਕੀ ਗਲੀ ਦੇ ਵਿੱਚ ਤਿੰਨ ਜਗ੍ਹਾ ਰੁਕ ਗਈ, ਪਹਿਲਾਂ ਪੁੱਜਿਆ ਤੇ ਇਹਨੇ ਕਾਰ ਨੂੰ ਫੜ ਕੇ ਲਈ ਨਜ਼ਾਇਜ਼ ਪੁੱਜਾ ਹਟਾ ਦੇ ਬੈਠੀ। ਅਸੀਂ ਪੈਸੇ ਦੇਣ ਨੂੰ ਵੀ ਤਿਆਰ ਹਾਂ, ਜੇ ਵੀ ਸੀ ਕਮੇਟੀ ਨਾ ਕੁਛ ਕਰੇ ਨਾ ਲੇਬਰ ਭੇਜੇ ਤਾਂ ਤੁਸੀਂ ਫਾਇਲ ਲਓ, ਪਰ ਇਲੀਗਲ ਕੰਸਟਰਕਸ਼ਨ ਦਾ ਹਟਾਓ, ਇੱਥੇ ਰਿਪੋਰਟਾਂ ਕਰਕੇ ਘਰ ਬੈਠੇ ਰਿਪੋਰਟਾਂ ਕਰਕੇ ਮੁਕਾ ਦਿੰਦੇ ਰਹੇ। ਅਸੀਂ ਕਦੋਂ ਕੁਆਰੀ ਹੁੰਦੀ ਹੈ ਜੀ, ਕਦੇ ਉਹ ਫਰੰਟ ਕਰਾਉਂਦੀਆਂ ਦੇਖੋ ਜੀ, ਜਰਾ ਇਹਨੇ ਕਦੋਂ ਦੇਖੋ ਕੰਸਟਰਕਸ਼ਨ ਹੈ ਜੀ। ਇਹ ਗਲੀ ਅਸੀਂ ਨੇ ਆਪ ਪੈਸੇ ਦੇ ਕੇ ਬਣਾਈ ਸੀ, ਕਿਹੜਾ ਪਿੰਡ?